ਅਨੀਤਾ ਰਾਣੀ ਨੇਹਾ, ਕੀ ਹੋਇਆ ਸੀਗਾ? ਪੂਰੀ ਵਾਰਦਾਤ ਦੱਸੋ। ਸਰ, ਮੈਂ ਬੱਚੇ ਲੈਣ ਗਈ ਸੀਗੀ। ਕਿੱਥੋਂ ਬੱਚੇ ਲੈਣੇ ਸੀ? ਨਹਿਰ ਤੋਂ ਬੱਸ 'ਚ ਆਏ ਸੀਗੇ, ਅਤੇ ਜਿਹੜੀ ਬੱਸ 'ਚ ਬੱਚੇ ਆਏ ਸੀ, ਬੱਸ ਨਾਲ ਹੀ ਉਹ ਮੁੰਡੇ ਖੜ੍ਹੇ ਸੀਗੇ। ਕਿੰਨੇ ਜਣੇ ਸੀਗੇ? 3 ਜਣੇ ਸੀ। ਕਾਹਦੇ 'ਤੇ ਸੀਗੇ? ਸਰ, ਸਕੂਟੀ 'ਤੇ। ਠੀਕ ਹੈ ਸਰ। ਫਿਰ ਮੇਰੇ ਦਿਓਰ ਨੇ ਹੱਥ ਵੀ ਮਿਲਾਇਆ ਸੀਗਾ ਉਹਨਾਂ ਨਾਲ। ਉਹਨਾਂ ਬੰਦਿਆਂ ਨਾਲ? ਹਾਂਜੀ। ਅੱਛਾ। ਅਤੇ ਉਹ ਉੱਥੇ ਖੜ੍ਹਾ ਨਹੀਂ ਹੋਇਆ ਸੀ, ਨਿਕਲ ਗਿਆ ਸੀਗਾ। ਅਤੇ ਬੱਚੇ ਜਿੱਦਾਂ ਹੀ ਕਨੈਕਟਰ ਨੇ ਥੱਲੇ ਉਤਾਰੇ, ਉਹਨਾਂ ਨੇ ਬੱਸ ਜਾਣ ਦਿੱਤੀ ਹੈ। ਬੱਸ ਜਿਲ੍ਹੇ ਸੀਗੇ ਉਸ ਵੇਲੇ ਮੈਨੂੰ ਕੁਛ ਨਹੀਂ ਕਿਹਾ ਉਹਨਾਂ ਨੇ। ਅਤੇ ਬੱਸ ਜਿੱਦਾਂ ਹੀ ਗਈ ਹੈ, ਉਹਨਾਂ ਨੇ ਸਕੂਟਰੀ, ਮਤਲਬ ਜਿੱਦਾਂ ਹੀ ਮੈਂ ਵਾਪਸ ਆਪਣੇ ਘਰ ਨੂੰ ਮੂੰਹ ਕੀਤਾ, ਘੇਰਿਆ ਹੈ, ਅਤੇ ਉੱਦਾਂ ਹੀ ਉਹ ਮੇਰੇ ਮਗਰ ਆਏ, ਨਾਲ ਸਕੂਟਰੀ ਖੜ੍ਹੀ ਕਰ। ਗੱਲਬਾਤ ਨਹੀਂ ਕੀਤੀ ਤੁਹਾਡੇ ਨਾਲ? ਗੱਲਬਾਤ ਕੋਈ? ਸਿੱਧਾ ਹੀ ਹਮਲਾ? ਹਾਂ, ਸਿੱਧਾ ਹੀ ਹਮਲਾ। ਮੈਨੂੰ ਇੱਦਾਂ ਲੱਗਿਆ ਕਿ ਇਹ ਬੱਚੇ ਚੱਕਣ ਆਏ ਹੈ। ਫਿਰ ਉਹਨਾਂ ਨੇ ਮੇਰੀ ਕੁੱਟ ਮਾਰ ਦਿੱਤੀ, ਬੱਚਿਆਂ ਨੇ ਵੀ ਰੌਲਾ ਪਾਇਆ, ਮੈਨੂੰ ਵੀ ਰੌਲਾ ਪਾਇਆ। ਕਾਹਦੇ ਨਾਲ ਮਾਰਿਆ ਤੁਹਾਡੇ? ਸਰ, ਲੋਹੇ ਦੀ ਰਾੜ ਸੀਗੀ। ਕਿੱਥੇ ਕਿੱਥੇ ਮਾਰਿਆ ਤੁਹਾਡੇ? ਸਰ, ਲੱਤ 'ਚ ਵੀ ਮਾਰਿਆ, ਇਹ ਸਿਰ 'ਚ ਟਾਂਕੇ ਲੱਗੇ। ਹਾਂਜੀ, ਇਹ 7 ਅਤੇ ਲੱਤ 'ਚ ਮੇਰੇ 'ਚ ਹੱਡੀ ਫ੍ਰੈਕਚਰ ਹੈ। ਹਾਂਜੀ ਸਰ, ਟਰੈਲੀ ਵੀ ਆਉਂਦੀ ਪਈ ਸੀਗੀ ਰੋਡ 'ਚ, ਅਤੇ ਫਿਰ ਇਸ ਲਈ ਸੜਕ 'ਚ ਕੋਈ ਨਹੀਂ ਸੀਗਾ। ਫਿਰ ਆਵਾਜਾਈ ਸ਼ੁਰੂ ਹੋ ਗਈ ਨਾ, ਅਤੇ ਜ਼ਿਆਦਾਤਰ ਉਹ ਟਰੈਲੀ ਨੂੰ ਦੇਖ ਕੇ ਗਏ, ਟਰੈਲੀ ਦੀ ਸੇਡ ਹੁੰਦੀ ਪਈ ਸੀਗੀ। ਤੁਸੀਂ ਉਹਨਾਂ ਨੂੰ, ਉਹਨਾਂ 'ਚੋਂ ਕਿਸੇ ਨੂੰ ਪਛਾਣਦੇ ਹੋ? ਸਰ, ਨਹੀਂ, ਮੈਂ ਪਹਿਚਾਣਦੀ ਨਹੀਂ, ਮੈਨੂੰ ਨਹੀਂ ਪਤਾ ਉਹ ਕੌਣ ਸੀ। ਤੁਹਾਨੂੰ ਕਿਹਦੇ 'ਤੇ ਸ਼ੱਕ ਆ? ਸਰ, ਆਪਣੇ ਦਿਓਰ 'ਤੇ ਹੀ ਹੈ। ਮੇਰੀ ਪਿੰਡ 'ਚ ਕਿਸੇ ਨਾਲ ਵੀ ਕੋਈ ਲੜਾਈ ਝਗੜਾ ਨਹੀਂ, ਮੇਰੇ ਪਤੀ ਦਾ ਵੀ ਕਿਸੇ ਨਾਲ ਵੀ ਪਿੰਡ 'ਚ ਕੋਈ ਲੜਾਈ ਝਗੜਾ। ਸਰ, ਬਾਹਰ ਰਹਿੰਦੇ ਮੇਰੇ ਘਰ ਵਾਲੇ। ਠੀਕ ਹੈ, ਕੀ ਮੰਗ ਕਰਦੇ ਤੁਸੀਂ ਪੁਲਿਸ ਤੋਂ? ਪੁਲਿਸ ਤੋਂ ਇਹੀ ਮੰਗ ਕਰਦੇ ਹਾਂ ਕਿ ਜਿਨ੍ਹਾਂ ਨੇ ਇਹ ਕਾਰਵਾਈ ਕੀਤੀ ਹੈ, ਹੁਣ ਇਨਸਾਫ ਚਾਹੀਦਾ ਸਰ, ਕਿ ਕੱਲ੍ਹ ਜੋ ਮੇਰੇ ਨਾਲ ਹੋਇਆ ਕਿਸੇ ਹੋਰ ਨਾਲ ਨਾ ਹੋਵੇ। ਨੂੰ ਕੁਛ ਸ਼ਾਮ 5 ਵਜੇ ਦੇ ਕਰੀਬ ਸਾਡੇ ਕੋਲ ਪੇਸ਼ੈਂਟ ਆਇਆ, ਅਨੀਤਾ ਵਾਈਫ ਆਫ ਜਸਵੀਰ ਸਿੰਘ, ਜੋ ਸਾਡੇ ਮੈਡੀਕਲ ਅਫਸਰ ਸਾਹਿਬਾਨ ਨੇ ਉਹਦਾ ਪਰਚਾ ਕੱਟ ਕੇ ਥਾਣਾ ਹਾਜੀਪੁਰ ਨੂੰ ਰਿਪੋਰਟ ਕਰ ਦਿੱਤਾ। ਉਹ ਜ਼ੇਰੇ ਇਲਾਜ ਹੈ ਸਾਡੇ ਕੋਲ, ਅਤੇ ਉਹਦਾ ਜਿਹੜਾ ਦੇਖੋ ਸੱਟਾਂ ਜਿਹੜੀਆਂ ਹੈਗੀਆਂ, MLR ਲੀਗਲ ਰਿਕਾਰਡ ਹੁੰਦਾ, ਪੇਸ਼ੈਂਟ ਦੀ ਸੱਟਾਂ ਲੱਗੀਆਂ ਹੋਈਆਂ ਸੀਗੀਆਂ, ਉਹ ਰਿਕਾਰਡ ਕਰਕੇ ਉਹਦਾ MLR ਤਿਆਰ ਕਰਕੇ ਜਿਹੜਾ ਥਾਣਾ ਹਾਜੀਪੁਰ ਨੂੰ ਦੇ ਦਿੱਤਾ। ਸਰ, ਬੀਤੇ ਦਿਨ ਪਿੰਡ ਗੇਰੇ ਦੀ ਇੱਕ ਮਹਿਲਾ 'ਤੇ ਕੁੱਟਮਾਰ ਹੋਈ ਸੀਗੀ, ਕੀ ਇਹ ਮਾਮਲਾ? ਮੈਂ ASA ਹਰਭਜਨ ਸਿੰਘ, ਮਿਤੀ 30/7/24 ਨੂੰ ਡਿਊਟੀ ਅਫਸਰ ਸੀ ਥਾਣਾ ਹਾਜੀਪੁਰ। ਸਾਨੂੰ ਅਨੀਤਾ ਰਾਣੀ ਪਤਨੀ ਜਸਵੀਰ ਸਿੰਘ ਦੀ ਚਿੱਟ ਡਾਕਟਰੀ ਆਈ ਕਿ ਉਹਨਾਂ ਨੂੰ ਸੱਟਾਂ ਲੱਗੀਆਂ, ਹੋਸਪਿਟਲ ਜ਼ੇਰੇ ਇਲਾਜ ਹੈ। ਉੱਥੇ ਪੁੱਜ ਕੇ ਲੇਡੀ ਕਾਂਸਟੇਬਲ ਨਾਲ ਗਏ ਸੀ, ਤਾਂ ਬਿਆਨ ਕਲਮਬੰਦ ਕੀਤਾ, ਅਤੇ ਉਹਦੇ ਮੁਤਾਬਕ ਜੋ ਹੈਗੀ ਸੀ ਬੰਦੀ ਕਰਵਾਈ, ਉਹਦੇ ਰਿਪੋਰਟ ਦਰਜ ਕਰਤੀ ਹੈ, ਅਤੇ ਜਿੰਨਾ ਵੀ ਸ਼ੱਕੀ ਵਿਅਕਤੀ ਨੇ ਹਮਲਾ ਕੀਤਾ ਉਹ 'ਤੇ, ਉਹਦੇ ਬਾਰੇ ਅਸੀਂ ਮੀਡੀਆ ਵਿੱਚ ਅਤੇ ਸੋਸ਼ਲ ਮੀਡੀਆ ਦੀ ਮਦਦ ਲੈ ਕੇ ਅਤੇ CCTV ਖੜਾ ਕੇ ਅਤੇ ਸਰਚ ਕਰ ਰਹੇ ਹਾਂ। ਗਰੁੱਪਾਂ ਚ ਵੀ ਪਾਤੀਆਂ ਸਰ, ਤੇ ਕਾਫੀ ਚਾਂਸ ਨੇ ਅੱਜ ਭਲਕੇ ਟਰੇਸ ਹੋਇਆ।